ਸੜਕਾਂ ਜਾਮ ਕਰ ਦਿੱਤੇ ਗਏ ਸੀ। ਇਸ ਵੇਲੇ ਅਸੀਂ ਪਟਿਆਲਾ ਦੇ ਮੇਨ ਬੱਸ ਅੱਡੇ ਚੌਂਕ ਤੇ ਖੜੇ ਆ। ਸਾਡਾ ਸਮਾਜ ਕੋਈ ਚੁੜੀਆ ਪਾ ਕੇ ਨਹੀਂ ਬੈਠਾ ਹੋਇਆ, ਅਸੀਂ ਤਾਂ ਬਿਲਕੁਲ ਜਿਵੇਂ ਵੀ ਹੋਏਗਾ ਇਸ ਲੜਾਈ ਨੂੰ ਲੜਾਂਗੇ। ਸਾਡਾ ਮੰਦਰ ਉੱਥੇ ਹੀ ਬਣਨਾ ਚਾਹੀਦਾ, ਉੱਥੇ ਹੀ ਬਣਵਾਵਾਂਗੇ, ਚਾਹੇ ਸਾਡੀ ਜਾਨ ਚਲੀ ਜਾਏ, ਚਾਹੇ ਜੋ ਮਰਜ਼ੀ ਹੋ ਜਾਏ। ਕੇਜਰੀਵਾਲ ਨੂੰ ਵੀ ਸਮਝਾਵਾਂਗੇ ਵੀ ਤੂੰ ਬੰਦਾ ਬਣ ਜਾ।